ਤਾਂ ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਹਰਿਆਣਾ DGP ਦੇ ਵੱਲੋਂ ਮੀਡੀਆ ਸਲਾਹਕਾਰਾਂ ਨੂੰ ਅਤੇ ਪੰਜਾਬ ਦੇ DGP ਨੂੰ ਇੱਕ ਚਿੱਠੀ ਲਿਖੀ ਗਈ ਹੈ। ਜੀ ਹਾਂ, ਚਿੱਠੀ ਦੇ ਵਿੱਚ ਕੀ ਲਿਖਿਆ ਹੈ ਤੁਹਾਨੂੰ ਦੱਸਦੇ ਹਾਂ ਕਿ ਕੱਲ੍ਹ ਬਾਰਡਰ ਤੋਂ 1 ਕਿਲੋਮੀਟਰ ਦੂਰ ਰਹੇ ਮੀਡੀਆ ਸੁਰੱਖਿਆ ਦੇ ਲਈ। ਜੀ ਹਾਂ, ਮੀਡੀਆ ਦੀ ਸੁਰੱਖਿਆ ਦੇ ਲਈ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਬਾਰਡਰ ਤੋਂ 1 ਕਿਲੋਮੀਟਰ ਦੂਰ ਰਹਿਣ ਰਿਪੋਰਟਰ, ਪੱਤਰਕਾਰ, ਕੈਮਰਾਮੈਨ, ਜਿਹੜੀਆਂ ਗੱਡੀਆਂ ਨੇ ਪੱਤਰਕਾਰਾਂ ਦੀਆਂ, ਉਹ ਵੀ 1 ਕਿਲੋਮੀਟਰ ਦੂਰ ਖੜਾਈਆਂ ਜਾਣ। ਅਤੇ ਹੁਣ ਕੱਲ੍ਹ ਕੀ ਹੋਣ ਵਾਲਾ ਏ, ਇਹ ਤਾਂ ਹੁਣ ਆਉਣ ਵਾਲਾ ਕੱਲ੍ਹ ਹੀ ਦੱਸੇਗਾ। ਪਰ ਵੱਡੀ ਸਟੇਟਮੈਂਟ ਹੈ DGP ਦੇ ਵੱਲੋਂ ਕਿ ਮੀਡੀਆ 1 ਕਿਲੋਮੀਟਰ ਦੂਰ ਰਹੇ ਧਰਨੇ ਵਾਲੀ ਥਾਂ ਤੋਂ। ਤਾਂ ਤੁਹਾਡੇ ਤੱਕ ਇਹ ਖਬਰ ਪਹੁੰਚਾ ਰਹੇ ਹਾਂ, ਬੜੀ ਅਹਿਮ ਖਬਰ ਹੈ DGP ਦਾ। ਹਰਿਆਣਾ ਦੇ ਜਿਹੜੇ DGP ਨੇ ਉਹਨਾਂ ਦੇ ਵੱਲੋਂ ਪੰਜਾਬ ਦੇ DGP ਨੂੰ ਚਿੱਠੀ ਵੀ ਲਿਖੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ JCB ਮਸ਼ੀਨਾਂ ਰੋਕਣ ਦਾ ਇੰਤਜ਼ਾਮ ਕੀਤਾ ਜਾਵੇ। ਪੋਕਲੇਨ 'ਤੇ JCB ਮਸ਼ੀਨਾਂ ਦੀ ਵਰਤੋਂ ਦੇ ਨਾਲ ਸਥਿਤੀ ਖਰਾਬ ਹੋ ਸਕਦੀ ਹੈ। ਤਾਂ ਹਰਿਆਣਾ ਦੇ DGP ਇਹ ਨਹੀਂ ਚਾਹੁੰਦੇ ਕਿ ਸਥਿਤੀ ਖਰਾਬ ਹੋਵੇ, ਤਾਂ ਉਹਨਾਂ ਦੇ ਵੱਲੋਂ ਪੰਜਾਬ ਦੇ DGP ਨੂੰ ਚਿੱਠੀ ਲਿਖੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਮੌਕੇ ਤੋਂ ਪੋਕਲੇਨ ਅਤੇ JCB ਮਸ਼ੀਨਾਂ ਨੂੰ ਹਟਵਾਇਆ ਜਾਵੇ, ਤਾਂ ਪੱਤਰਕਾਰਾਂ ਨੂੰ ਵੀ 1 ਕਿਲੋਮੀਟਰ ਦੂਰ ਰੋਕਿਆ ਜਾਵੇ। ਐਸਾ ਕੁਛ ਇਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਤੁਹਾਨੂੰ ਦਿਖ ਰਿਹਾ ਹੋਵੇਗਾ। ਤਾਂ ਹਰਿਆਣਾ DGP ਨੇ ਪੰਜਾਬ DGP ਨੂੰ ਚਿੱਠੀ ਲਿਖੀ ਹੈ, ਕਿਸਾਨੀ ਅੰਦੋਲਨ ਨੂੰ ਲੈ ਕੇ ਚਿੱਠੀ ਲਿਖੀ ਗਈ ਹੈ। ਇਸ ਤੋਂ ਪਹਿਲਾਂ ਅਰਜੁਨ ਮੁੰਡਾ, ਖੇਤੀਬਾੜੀ ਮੰਤਰੀ ਕੇਂਦਰੀ, ਉਹਨਾਂ ਦੇ ਵੱਲੋਂ ਬਿਆਨ ਆਇਆ, ਗੱਲਬਾਤ ਨਾਲ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ, ਗੱਲਬਾਤ 'ਤੇ ਸ਼ਾਂਤੀ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ। ਤੁਹਾਨੂੰ ਦੇਸ਼ ਦੇ ਨਾਲ ਨਾਲ ਸਾਰੇ ਸ਼ਾਂਤੀ ਚਾਹੁੰਦੇ ਨੇ। ਸਾਨੂੰ ਪਤਾ ਲੱਗਿਆ ਕਿਸਾਨ ਸਾਡੇ ਪ੍ਰਸਤਾਵ ਨਾਲ ਸਹਿਮਤ ਨਹੀਂ ਹੈ। ਅਰਜੁਨ ਮੁੰਡਾ ਦਾ ਬਿਆਨ ਹੈ, ਇਹ ਸਰਕਾਰ ਹਮੇਸ਼ਾ ਗੱਲਬਾਤ ਲਈ ਤਿਆਰ ਹੈ, ਗੱਲਬਾਤ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ। ਦਿੱਲੀ ਕੂਚ ਕਰਨਾ ਹੱਲ ਨਹੀਂ ਕਿਸਾਨੀ ਅੰਦੋਲਨ ਦਾ, ਤਾਂ ਵੱਡੀ ਖਬਰ ਹੈ। ਅਰਜੁਨ ਮੁੰਡਾ ਦੇ ਵੱਲੋਂ ਵੀ ਇਹ ਬਿਆਨ ਦਿੱਤੇ ਗਏ ਨੇ ਅਤੇ ਜਿਸ ਤੋਂ ਬਾਅਦ ਹਰਿਆਣਾ DGP ਦੇ ਵੱਲੋਂ ਪੰਜਾਬ ਦੇ DGP ਨੂੰ ਚਿੱਠੀ ਲਿਖੀ ਗਈ, ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਖੜੀਆਂ JCB ਮਸ਼ੀਨਾਂ ਅਤੇ ਪੋਕਲੇਨ ਮਸ਼ੀਨ ਜਿਹੜੀ ਸਪੈਸ਼ਲ ਨਵਦੀਪ ਜਲਬੇੜਾ ਦੇ ਵੱਲੋਂ ਮੰਗਾਈ ਗਈ ਹੈ, ਜੁਗਾੜ ਕਰਕੇ ਬਣਵਾ ਕੇ ਸ਼ੰਭੂ ਬਾਰਡਰ 'ਤੇ ਲਿਆਂਦੀ ਗਈ ਹੈ, ਉਸ ਨੂੰ ਹਟਵਾਇਆ ਜਾਵੇ ਅਤੇ ਮੀਡੀਆ ਪਰਸਨ ਯਾਨੀ ਕਿ ਪੱਤਰਕਾਰ, ਰਿਪੋਰਟਰ, ਕੈਮਰਾਮੈਨ, ਉਹ ਸ਼ੰਭੂ ਬਾਰਡਰ, ਖਨੌਰੀ ਬਾਰਡਰ ਯਾਨੀ ਕਿ ਧਰਨੇ ਵਾਲੀ ਥਾਂ ਤੋਂ 1 ਕਿਲੋਮੀਟਰ ਦੂਰ ਰਹਿਣ। ਇਸ ਚਿੱਠੀ ਦਾ ਮਕਸਦ ਕੀ ਹੈ, ਇਹ ਤਾਂ ਆਉਣ ਵਾਲਾ ਹੁਣ ਕੱਲ੍ਹ ਹੀ ਦੱਸੇਗਾ।